ਕੀ ਲੈਣ ਆਇਆ ਸੀ ਇੱਥੇ? ਚਿੱਟਾ ਲੈਣ ਆਇਆ ਸੀ? ਦੱਸ ਕਸ਼ਮੀਰ ਸੱਚ ਕੀਤੀ ਗਈ ਆ। ਉੱਥੇ ਹਰਵਿੰਦਰ ਕੌਰ ਇਲੀਸ ਮਾਣੀ, ਨਵਪ੍ਰੀਤ ਸਿੰਘ ਇਲੀਸ ਨਵੀ, ਇਹ ਹੈ ਆਰ ਸੀ ਐੱਫ ਜਿਹੜੀ ਆ ਫੈਕਟਰੀ ਉਹਦਾ ਰਹਿਣ ਵਾਲਾ ਉੱਥੇ ਦਾ, ਇਹਨਾਂ ਪਾਸੋਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ। ਕੀ ਲੈਣ ਆਇਆ ਸੀ ਅੱਜ? ਕੀ ਲੈਣ ਆਇਆ ਸੀ? ਨਸ਼ਾ ਕੀ ਚਿੱਟਾ ਲੈਣ ਆਇਆ ਸੀ? ਜਿਹੜੇ ਫੜੇ ਸੀ, ਜੋ ਸੱਚਾਈ ਆ ਉਹੀ ਹੈ। ਉਹੀ ਦੋ ਵਿਅਕਤੀ, ਇੱਕ ਲੇਡੀ ਲੜਕੀ ਜਿਹਦੇ ਨਾਲ ਲੇਡੀ ਸੀਗੀ, ਇੱਕ ਜੈਂਟ ਸੀਗਾ, ਇਹ ਦੋਨੇ ਫੜੇ ਸੀਗੇ। ਦੋਨਾਂ ਦੇ ਖਿਲਾਫ ਐਫ ਆਈ ਆਰ ਲੌਜ ਕਰਕੇ ਕਾਰਵਾਈ ਕਰਤੀ ਹੈ। ਕਿੰਨੇ ਮੁਲਜ਼ਮ ਫੜੇ ਜੀ ਅੱਜ? ਕੋਈ ਨਹੀਂ, ਬਾਅਦ ਕਰਦੇ ਨੇ। ਦੋ ਫੜੇ ਵੀ ਜਿਹੜੇ ਜੀ ਆਰ ਸੀ ਐਫ ਦਾ, ਇੱਕ ਪਿੰਡ ਦਾ ਵਾ। ਹਜੇ ਕੋਈ ਨਹੀਂ, ਵੈਰੀਫਾਈ ਕਰਦੇ ਹਾਂ। ਇੱਧਰ ਰਹੋ, ਕੌਣ ਹੈ ਜੀ? ਨਾਂ ਜੀ ਇਹਨਾਂ ਦਾ ਦੱਸੋ, ਆਪਣਾ ਨਾਂ ਦੱਸੋ। ਕੀ ਨਾਮ ਆ? ਲਖਬੀਰ। ਕਿੱਥੇ ਰਹਿਣ ਵਾਲਾ? ਸਰਦੋਵਾਲ। ਅੱਛਾ, ਕੀ ਲੈਣ ਆਇਆ ਸੀ ਇੱਥੇ? ਕੀ ਲੈਣ ਆਇਆ ਸੀ? ਚਿੱਟਾ ਲੈਣ ਆਇਆ ਸੀ? ਦੱਸ ਲਖਬੀਰ। ਉਹ ਲਖਬੀਰ ਬਰਾਮਦ ਜੀ ਆਇਟਮ ਤੇਰਾ ਜੀ? ਹਾਂ, ਤੂੰ ਕਿੱਥੇ ਦਾ? ਰਵਿੰਦਰ ਸਿੰਘ। ਕਿੱਥੇ ਰਹਿਣ ਵਾਲਾ? ਕੀ ਲੈਣ ਆਇਆ ਸੀ ਅੱਜ? ਕੀ ਲੈਣ ਆਇਆ ਸੀ? ਨਸ਼ਾ ਕੀ ਚਿੱਟਾ ਲੈਣ ਆਇਆ ਸੀ? ਕਿੰਨਾ ਲੈਣ ਆਇਆ ਸੀਗਾ? ਕਿੰਨੇ ਚਿਰ ਤੋਂ ਪੀ ਰਿਹਾ ਤੂੰ? ਕੰਮ ਜੀ ਕਰਦਾ? ਦਿਹਾੜੀ ਵਾਲਾ ਹੀ ਆ? ਤੂੰ ਬੋਲਿਆ? ਮੈਂ ਵੀ ਦਿਹਾੜੀ ਵਾਲਾ ਹੀ ਆ। ਦਿਹਾੜੀ ਵਾਲਾ ਹੀ ਆ? ਚਿੱਟਾ ਪੀਂਦੇ ਤੁਸੀਂ ਤਾਂ ਨਹੀਂ? ਇਹਦੇ ਵਿੱਚ ਮਤਾ ਮੁਤਾਬਕਣ ਦੇ ਵਿੱਚ ਮੇਰੀ ਪੁਲਿਸ ਪਾਰਟੀ ਜਿਹੜੀ ਹੈ ਸੀ ਇਸ ਕਪੂਰਥਲਾ ਦੀ, ਉਹਨਾਂ ਰੇਡ ਕੀਤਾ ਅਤੇ ਜਿੱਥੇ ਮੌਕੇ 'ਤੇ ਸਰਚ ਦੌਰਾਨ ਸਰਚ ਕੀਤੀ ਗਈ ਹੈ। ਉੱਥੇ ਹਰਵਿੰਦਰ ਕੌਰ ਇਲੀਸ ਮਾਣੀ ਵਾਸੀ ਮਹਿਤਾਬਗੜ ਮਹੱਲੇ ਦੀ, ਅਤੇ ਇੱਕ ਹੈ ਨਵਪ੍ਰੀਤ ਸਿੰਘ ਇਲੀਸ ਨਵੀ, ਇਹ ਹੈ ਆਰ ਸੀ ਐੱਫ ਜਿਹੜੀ ਆ ਫੈਕਟਰੀ ਉਹਦਾ ਰਹਿਣ ਵਾਲਾ ਉੱਥੇ ਦਾ। ਇਹਨਾਂ ਪਾਸੋਂ ਨਸ਼ੀਲੀਆਂ ਗੋਲੀਆਂ ਜਿਹੜੀਆਂ ਨੇ ਉਹ ਬਰਾਮਦ ਹੋਈਆਂ ਨੇ। ਇਹਦੇ ਹਰਵਿੰਦਰ ਕੌਰ ਜਿਹੜੀ ਮਾਣੀ ਹੈ, ਇਹਦੇ ਕੋਲ 160 ਗੋਲੀਆਂ ਬਰਾਮਦ ਹੋਈਆਂ, ਅਤੇ ਜਿਹੜਾ ਦੂਜਾ ਨਵਪ੍ਰੀਤ ਸਿੰਘ ਹੈ, ਇਹਦੇ ਕੋਲ 138 ਗੋਲੀਆਂ ਜਿਹੜੀਆਂ ਨਸ਼ੀਲੀਆਂ ਬਰਾਮਦ ਹੋਈਆਂ। ਇਹਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਰਿਕਵਰੀ ਕੀਤੀ ਜਾਊਗੀ। ਉਹ ਰਿਮਾਂਡ ਲੈ ਕੇ ਉਹਨਾਂ ਦੀ ਪੁੱਛਗਿੱਛ ਸਖ਼ਤੀ ਨਾਲ ਕਰਾਂਗੇ, ਫਿਰ ਦੱਸਣਗੇ ਵੀ ਕਿੱਥੋਂ ਲਿਆਉਂਦੇ ਨੇ। ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ। ਨਹੀਂ, ਬਿਲਕੁਲ ਨਹੀਂ ਜੀ, ਜਿਹੜੇ ਫੜੇ ਸੀ, ਜੋ ਸੱਚਾਈ ਆ ਉਹੀ ਹੈ। ਉਹੀ ਦੋ ਵਿਅਕਤੀ, ਇੱਕ ਲੇਡੀ ਲੜਕੀ ਜਿਹਦੇ ਨਾਲ ਲੇਡੀ ਸੀਗੀ, ਇੱਕ ਜੈਂਟ ਸੀਗਾ, ਇਹ ਦੋਨੇ ਫੜੇ ਸੀਗੇ। ਦੋਨਾਂ ਦੇ ਖਿਲਾਫ਼ ਐਫ ਆਈ ਆਰ ਲੌਜ ਕਰਕੇ ਕਾਰਵਾਈ ਕਰਤੀ ਹੈ। ਕਿੰਨੇ ਮੁਲਜ਼ਮ ਫੜੇ ਜੀ ਅੱਜ? ਕੋਈ ਨਹੀਂ, ਬਾਅਦ ਕਰਦੇ ਨੇ। ਦੋ ਫੜੇ ਵੀ ਜਿਹੜੇ ਜੀ ਆਰ ਸੀ ਐਫ ਦਾ, ਇੱਕ ਪਿੰਡ ਦਾ ਵਾ। ਹਜੇ ਕੋਈ ਨਹੀਂ, ਵੈਰੀਫਾਈ ਕਰਦੇ ਹਾਂ। ਨਹੀਂ, ਵੈਰੀਫਾਈ ਤਾਂ ਸਰ ਡਰ ਰਹੇ ਆ, ਤੁਸੀਂ ਮਦਾਰ ਰਾਡ 'ਚ ਆਏ ਆ ਅੱਜ, ਰੇਡ ਕੀਤੀ ਆ ਅਤੇ ਵੈਰੀਫਾਈ ਕਰਨੇ ਬੰਦੇ ਜੀ ਬਰਾਮਦੀ ਜੀ ਉੱਦਾਂ ਦੱਸ ਦਿਓ, ਵੈਰੀਫਾਈ ਕਰਨੇ ਆ। ਉਹ ਫੜਿਆ ਤਾਂ ਸਰ ਤਾਂ ਹੀ ਲਿਆਏ ਚੱਲੇ ਆ। ਹਜੇ ਵੈਰੀਫਾਈ ਕਰਨੇ ਆ ਬੰਦੇ ਦੇਖ। ਨਾਮ ਕੀ ਹੈ ਸਰ? ਤੁਹਾਡਾ ਨਾਮ ਕੀ ਸਰ? ਉਹ ਭਰਾ ਸਾਨੂੰ ਕੰਮ ਕਰਦਾ। ਨਾਮ ਤਾਂ ਦੱਸ ਦਿਓ ਸਰ। ਕੋਈ ਨਹੀਂ, ਦੱਸ ਦਿੰਦੇ ਨਾਮ ਦੱਸ ਦਿੰਦੇ। ਵਸ਼ੀਕਰਨ ਕਰਾਉਣਾ ਜਾਂ ਤੁੜਵਾਉਣਾ, ਕਾਲਾ ਜਾਦੂ ਕਰਾਉਣਾ ਜਾਂ ਤੁੜਵਾਉਣਾ, ਗ੍ਰੀਨ ਕਾਰਡ, ਪੀਆਰ ਪ੍ਰੋਬਲਮ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਆਹ ਚ ਰੁਕਾਵਟ, ਤਲਾਕ ਕੇਸ, ਲਾਟਰੀ ਨੰਬਰ, ਮਨਚਾਹਾ ਪਿਆਰ ਪਾਣਾ, ਘਰ ਚ ਕਲੇਸ਼, ਬੱਚਿਆਂ ਦਾ ਕਹਿਣੇ ਤੋਂ ਬਾਹਰ, ਕੀਤਾ ਕਿਰਾਇਆ, ਨਸ਼ੇ ਸ਼ਰਾਬ ਦੀ ਲੱਤ, ਕਾਰੋਬਾਰ
कारोबार च रुकावट, पति पत्नी सास नूं च कलेश, दुखी भैन भरा एक बार जरूर संपर्क करन। मेरे तो पहला काम करन वाले नूं मुंह मंगिया इनाम। बाबा कमलजीत जी।